ਨਗਰ ਰਾਜ ਭਾਸ਼ਾ ਮਿਲ ਕਮੇਟੀ ਜਲੰਧਰ ਵੱਲੋਂ ਅੱਜ ਸਹਿਯੁਕਤ ਹਿੰਦੀ ਵਰਕਸ਼ਾਪ ਕਰਵਾਈ ਗਈ ਜਿਸ ਦੀ ਪ੍ਰਧਾਨਗੀ ਚੀਫ ਆਮਦਨ ਕਰ ਕਮਿਸ਼ਨਰ ਇਕ ਜੀ ਐਸ ਮਿਨਹਾਸ ਨੇ ਕੀਤੀ। ਵਰਕਸ਼ਾਪ ਵਿੱਚ ਵਾਪਕ ਮੈਂਬਰ ਦਫ਼ਤਰਾਂ ਦੀ 40 ਤੋਂ ਵੱਧ ਪਾਗੀਦਾਰਾਂ ਨੇ ਹਿੱਸਾ ਲਿਆ ਵਰਕਸ਼ਾਪ ਦੌਰਾਨ ਰਾਸ਼ਟਰੀ ਭਾਸ਼ਾ ਤੇ ਰਾਸ਼ਟਰੀ ਭਾਸ਼ਾ ਹਿੰਦੀ ਦੇ ਮਹੱਤਵ ਸੰਬੰਧੀ ਵਿਸ਼ਿਆਂ ਤੇ ਜ਼ੋਰ ਦਿੱਤਾ ਗਿਆ ਅਤੇ ਸਾਰੇ ਪਾਗੀਦਾਰਾਂ ਨੂੰ ਇਹਨਾਂ ਵਿਸ਼ਿਆਂ ਨੂੰ ਲੈ ਕੇ ਚਰਚਾ ਕੀਤੀ ਇਸ ਤੋਂ ਇਲਾਵਾ ਰਾਸ਼ਟਰੀ ਭਾਸ਼ਾ ਦੇ ਅਮਲ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਨੂੰ ਪਛਾਣੀਆਂ ਗਿਆ ਅਤੇ ਉਹਨਾਂ ਦੇ ਹੱਲ ਸੰਬੰਧੀ ਸੁਝਾਅ ਦਿੱਤੇ ਗਏ ਵਰਕਸ਼ਾਪ ਦੌਰਾਨ ਸਾਲ 2024-25 ਦੇ ਟੀਚਿਆਂ ਤੇ ਵੀ ਵਿਸਥਾਰ ਨਾਲ ਚਰਚਾ ਕੀਤੀ ਗਈ